ਅੱਜ ਦੀ ਅੰਜੀਲ ਦੀ ਆਖਰੀ ਵਚਨ ਮੱਤੀ 15:28 ਹੈ। ਇੱਕ ਗੈਰ ਇਸਰਾਇਲੀ ਕਨਾਨੀ ਔਰਤ ਆਪਣੀ ਧੀ ਨੂੰ ਚੰਗਾ ਕਰਨ ਦੀ ਬੇਨਤੀ ਕਰਕੇ ਵਿਸ਼ਵਾਸ ਵਿੱਚ ਯੇਸ਼ੂ ਕੋਲ ਪਹੁੰਚਦੀ ਹੈ। ਯੇਸ਼ੂ ਨੇ ਉਸਦੀ ਨਿੱਛਾ ਨੂੰ ਸਵੀਕਾਰ ਕੀਤਾ ਅਤੇ ਉਹੀ ਵਿਸ਼ਵਾਸ ਉਸ ਚਮਤਕਾਰ ਨੂੰ ਖੋਲ੍ਹਣ ਦੀ ਕੁੰਜੀ ਬਣ ਜਾਂਦਾ ਹੈ ਜਿਸ ਦੀ ਉਸਨੇ ਮੰਗ ਕੀਤੀ ਸੀ। ਇਹ ਹਵਾਲਾ ਉਜਾਗਰ ਕਰਦਾ ਹੈ ਕਿ ਵਿਸ਼ਵਾਸ ਸੱਭਿਆਚਾਰਕ, ਧਾਰਮਿਕ ਅਤੇ ਸਮਾਜਿਕ ਸੀਮਾਵਾਂ ਤੋਂ ਪਾਰ ਹੁੰਦਾ ਹੈ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਖੁਦਾ ਦੀ ਦਇਆ ਅਤੇ ਪਿਆਰ ਇੱਕ ਨਿਸ਼ਚਿਤ ਸਮੂਹ ਤੱਕ ਸੀਮਿਤ ਨਹੀਂ, ਸਗੋਂ ਵਿਸ਼ਵਾਸ ਨਾਲ ਪਹੁੰਚਣ ਵਾਲੇ ਸਾਰਿਆਂ ਲਈ ਉਪਲਬਧ ਹੈ। ਅਸੀਂ ਪ੍ਰਾਰਥਨਾ ਕਰੀਏ, ਇਹ ਪ੍ਰਭੂ, ਅੱਜ ਮੈਨੂੰ ਤੁਹਾਡੇ ਪਿਆਰ ਅਤੇ ਦਇਆ ਬਿਨਾਂ ਪੱਖਪਾਤ ਉਹਨਾਂ ਲੋਕਾਂ ਨੂੰ ਦਿਖਾ ਕੇ ਜੀਵਨ ਦੀ ਕਿਰਪਾ ਪ੍ਰਦਾਨ ਕਰ ਜੋ ਉਸ ਦੇ ਹੱਕਦਾਰ ਹਨ, ਕਿਉਂਕਿ ਤੁਸੀਂ ਉਹਨਾਂ ਦੇ ਨੇੜੇ ਹੋ ਜੋ ਤੁਹਾਨੂੰ ਪੁਕਾਰਦੇ ਹਨ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ।